ਕਰੋ ਸ਼ੌਕ ਲੱਕੇ ਕਬੂਤਰਾਂ ਦਾ ਤੇ ਦੇਖੋ ਵਰਾਇਟੀ ਬੜੀ ਟੌਪ ਟੌਪ ਦੀ, ਮਤਲਬ ਕਿ ਪੂਰੀ ਐਨ ਘੈਂਟ ਵਾਲੀ ਕੁਆਲਿਟੀ ਦੇ। ਤੋ ਇੱਧਰ ਵੀ ਦੇਖ ਸਕਦੇ ਕਬੂਤਰ ਕਾਫੀ ਸਾਡੇ ਕੋਲ ਆ ਗਏ ਆ। ਜੀ ਸਾਰਿਆਂ ਨੂੰ ਕਿਵੇਂ, ਸਾਰੇ ਠੀਕ ਹੋ? ਸਰ ਆਸ ਕਰਦੇ ਸਾਰੇ ਵਧੀਆ ਹੋ ਗਏ, ਠੀਕ ਠਾਕ ਹੋ ਗਏ। ਸੋ ਲਓ ਜੀ ਹਾਜ਼ਰ ਹਾਂ ਜੀ ਫਿਰ ਆਪਾਂ ਨਵੀਂ ਵੀਡੀਓ ਦੇ ਨਾਲ। ਅੱਜ ਫਿਰ ਆਏ ਜੀ ਲੱਖੇ ਭਾਈ ਦੇ ਕੋਲ, ਤੇ ਆਹ ਚੈੱਕ ਕਰੋ ਜੀ ਅੱਜ ਚੂਚੇ। ਸੋ ਆਹ ਕਾਫੀ ਵੀਰਾਂ ਨੇ ਮੈਨੂੰ ਕਮੈਂਟਾਂ 'ਚ ਪੁੱਛਿਆ ਕਿ ਇਹਨਾਂ ਦਾ ਰੇਟ ਦੱਸੋ ਕੀ ਆ। ਅੱਜ ਆਪਾਂ ਸਿੱਧਾ ਹੀ ਭਾਜੀ ਕੋਲ ਹੀ ਤੁਹਾਨੂੰ ਲੈ ਚੱਲਦੇ ਹਾਂ, ਅਤੇ ਭਾਜੀ ਸਾਡੇ ਰੇਟ ਦੱਸਣਗੇ ਜੋ ਵੀ ਆ, ਠੀਕ ਹੈ ਜੀ। ਸੋ ਪਹਿਲਾਂ ਤੁਹਾਨੂੰ ਸ਼ੌਕ ਕਰਾਉਂਦੇ ਸਾਰੇ ਹਾਂ ਕਬੂਤਰਾਂ ਦਾ, ਚੂਚਿਆਂ ਦਾ। ਇੱਥੇ ਦੇਖੋ ਪਾਊਡਰ ਵੀ ਹੈਗਾ ਜੀ, ਅਤੇ ਇਹ ਇਕੱਲਾ ਮੇਲ ਹੀ ਆ। ਅਤੇ ਭਾਜੀ ਇਹਦੀ ਫੀਮੇਲ ਹੈਗੀ ਆ, ਫੀਮੇਲ ਵੀ ਹੈਗੀ ਆ। ਸੋ ਇਹਦੀ ਫੀਮੇਲ ਵੀ ਹੈਗੀ ਜੀ। ਸੋ ਕਬੂਤਰ ਕਾਫੀ ਵਧੀਆ ਵਾ, ਬਹੁਤ ਸੋਹਣਾ ਵਾ। ਬਾਕੀ ਚੂਚੇ ਬਹੁਤ ਸੋਹਣੇ ਇਹਨਾਂ ਦੇ ਕੋਲ ਆਏ ਆ, ਮੁਰਗੇ ਆਏ ਆ ਨਵੇਂ, ਮੁਰਗੀ ਵੀ ਆਈ ਆ। ਆਹ ਦੇਖੋ, ਆਹ ਤਾਂ ਮੈਨੂੰ ਦੂਸਰੀ ਲੱਗਦੀ ਵੀ ਹੈ ਦੂਜੀ, ਪਰ ਹੈ ਦੂਜੀ ਹੈ। ਸੋ ਕਾਫੀ ਵਧੀਆ ਇੱਕ ਇੱਥੇ ਮੁਰਗਾ ਬਹੁਤ ਵਧੀਆ ਆਇਆ ਵਾ, ਛੋਟੀ ਜਿਹੀ ਹਾਈਟ ਦਾ, ਜਿਹੜੇ ਜੀਰੋ ਸਾਈਜ਼ ਹੁੰਦੇ ਨਾ। ਸੋ ਉਹ ਤਾਂ ਨਹੀਂ ਹੈਗਾ, ਪਰ ਉਹਨਾਂ ਵਰਗਾ ਸੇਮ ਆ। ਇਹੀ ਮੁਰਗਾ ਭਾਜੀ ਉਹ, ਅਤੇ ਕਾਫੀ ਛੋਟਾ ਵਾ ਮੁਰਗਾ, ਲੇਕਿਨ ਵੇਖਣ 'ਚ ਬਹੁਤ ਸੋਹਣਾ ਵਾ। ਤੁਸੀਂ ਦੇਖ ਸਕਦੇ ਹੋ ਕਿ ਆਹ ਲਾਗੇ ਮੁਰਗੀ ਆ, ਅਤੇ ਲਾਗੇ ਜਿਹੜਾ ਮੁਰਗਾ ਉਹ ਪੂਰਾ ਅਡਲਟ ਵਾ, ਅਤੇ ਕਾਫੀ ਛੋਟੀ ਹਾਈਟ ਦਾ ਵਾ। ਸੋ ਬਹੁਤ ਸੋਹਣਾ ਵਾ, ਇੱਧਰ ਤੁਸੀਂ ਦੇਸੀ ਮੁਰਗੇ ਬਾਕੀ ਵੀ ਦੇਖ ਸਕਦੇ ਹੋ, ਕਾਫੀ ਵੱਡੇ ਸਾਈਜ਼ ਵਾ। ਅਤੇ ਇੱਥੇ ਭਾਜੀ ਕੋਲ ਕਬੂਤਰ ਹੈਗੇ ਜੀ ਦੋ, ਅਤੇ ਜੋੜਾ ਹੀ ਆ ਜੀ ਇਹ। ਸੋ ਬਹੁਤ ਸੋਹਣਾ ਵਾ, ਅਤੇ ਕਾਫੀ ਟਾਈਮ ਦੇ ਭਾਜੀ ਨੇ ਸਾਂਭ ਕੇ ਰੱਖੇ ਆ। ਸੋ ਇਹ ਵੀ ਸੇਲ ਹੀ ਕਰਨੇ ਆ ਜੀ। ਇੱਥੇ ਮੁਰਗੀ ਹੈਗੀ ਆ ਜੀ ਤਾਜ ਮੁਰਗੀ, ਅਤੇ ਟਰਕੀ ਮੇਲ ਹੈਗਾ ਵਾ। ਇਹਨਾਂ ਨੇ ਆਂਡੇ ਉਂਡੇ ਵੀ ਫੀਮੇਲਾਂ ਦਿੱਤੇ ਆ ਕਾਫੀ। ਆਹ ਦੇਖੋ ਕਿ ਜਲਦੀ ਹੀ ਤੁਹਾਨੂੰ ਮੁੜ ਕੇ ਇਹਨਾਂ ਦੇ ਛੋਟੇ ਛੋਟੇ ਬੱਚੇ ਵੀ ਮਿਲਣਗੇ, ਠੀਕ ਹੈ ਜੀ। ਹੋਰ 15-20 ਦਿਨ ਤੱਕ ਬੱਚੇ ਨਿਕਲ ਆਉਣੇ ਆ, ਸੋ ਉਹ ਵੀ ਤੁਹਾਨੂੰ ਮਿਲ ਜਾਣਗੇ। ਜਿਹੜੇ ਚੂਚਿਆਂ ਦੀ ਗੱਲ ਕੀਤੀ ਆਪਾਂ, 3 ਚੂਚੇ ਦੇਣੇ ਆ ਭਾਜੀ, ਕਹਿੰਦੇ ਵੀ ਸਿੱਧੇ ਹੀ 1500 ਦੇ, ਮਤਲਬ ਕਿ 500 ਰੁਪਏ ਦਾ ਇੱਕ ਬੱਚਾ ਦੇਣਾ ਜਿਹੜਾ ਚੂਚਿਆਂ ਦਾ। ਸੋ ਮੈਂ ਤੁਹਾਨੂੰ ਫਿਰ ਇੱਕ ਵਾਰੀ ਸ਼ੌਕ ਕਰਾਉਂਦਾ ਜੀ, ਇਹ ਵਾਲੇ ਪੱਠੇ ਆ। ਆਹ ਵੇਖੋ ਇੱਕ ਆਲਾ ਹੈਗਾ ਅਤੇ ਇੱਕ ਦੋ ਆ ਜਿਹੜੇ, ਮਤਲਬ ਕਿ ਤਿੰਨੋਂ ਹੀ ਪੱਠੇ ਜਿਹੜੇ ਆ ਇਹ 1500 ਰੁਪਏ ਦਾ ਤੁਹਾਨੂੰ ਮਿਲਣਗੇ। ਸੋ ਕਿਉਂਕਿ ਕਾਫੀ ਕਮੈਂਟਾਂ 'ਚ ਮੈਨੂੰ ਭਰਾ ਪੁੱਛਦੇ ਵੀ ਕੀ ਰੇਟ ਵਾ ਇਹਨਾਂ ਦਾ ਬੱਚਿਆਂ ਦਾ, ਅਤੇ ਮੈਨੂੰ ਪਤਾ ਨਹੀਂ। ਬਾਕੀ ਭਾਅ ਜੀ ਆਪਣੇ ਕੋਲ ਮੁਖੀ ਕਬੂਤਰ, ਮੁਖੀ ਰੈਡ ਕਬੂਤਰ ਹੈਗੇ, ਅਤੇ ਕੀ ਰੇਟ ਲਾਓਗੇ ਜੀ ਇਹਦਾ? ਇਹਨਾਂ ਦਾ ਲਾਵਾਂਗੇ 3500 ਰੁਪਈਆ ਦਾ। 3500 ਜ਼ਿਆਦਾ ਤਾਂ ਨਹੀਂ ਹੈ? ਬਿਲਕੁਲ ਵਧੀਆ ਰੇਟ ਆ। ਸੋ ਕੋਈ ਨਹੀਂ, ਬਾਕੀ ਤੁਸੀਂ ਜੇ ਲੈਣਾ ਹੋਵੇ ਦੱਸ ਦਿਓ, ਕੋਈ ਨਹੀਂ ਵਾਧਾ ਘਾਟਾ ਕਰ ਲਾਂਗੇ। ਸੋ 3500 ਮੈਨੂੰ ਵੀ ਇਹ ਜ਼ਿਆਦਾ ਲੱਗਦਾ ਵਾ, ਕੋਈ ਨਹੀਂ ਰੇਟ ਜੋ ਵੀ ਹੋਏਗਾ ਨਾ, ਅਤੇ ਤੁਸੀਂ ਲੈਣ ਵਾਲੇ ਬਣਿਓ, ਜੋ ਵੀ ਹੋਏਗਾ ਵੱਧ ਘੱਟ ਆਪਾਂ ਜੋ ਵੀ ਕਰ ਲਾਂਗੇ, ਠੀਕ ਹੈ ਜੀ। ਲਓ ਜੀ ਕਰੋ ਜੀ ਸ਼ੌਕ, ਇੱਥੇ ਛੋਟੇ ਛੋਟੇ ਸਾਡੇ ਖਰਗੋਸ਼ਾਂ ਦੇ ਬੱਚੇ, ਅਤੇ ਕਾਫੀ ਵਧੀਆ ਲੱਗਦੇ ਪਿਆ। ਅਤੇ ਇਹਨਾਂ ਦੀ ਮਾਂ ਹੈਗੀ ਜੀ ਆਹ ਵਾਲੀ, ਲੇਕਿਨ ਬੱਚੇ ਇਹਨਾਂ ਦੇ ਬਹੁਤ ਸੋਹਣੇ, ਤੁਸੀਂ ਦੇਖੋ ਯਾਰ। ਅਤੇ ਇੱਥੇ ਸਾਡੇ ਗਿੰਨੀ ਪਿੱਗ ਵੀ ਕਾਫੀ ਆ, ਤੁਸੀਂ ਦੇਖੋ ਯਾਰ ਸਾਈਕਲਾਂ ਦੇ ਅੱਗੇ ਪਿੱਛੇ ਕਾਫੀ ਲੁਕੇ ਆ। ਅਤੇ ਇੱਥੇ ਮੁਰਗੀ ਬੈਠੀ ਹੋਈ ਜੀ ਆਂਡਿਆਂ 'ਤੇ, ਅਤੇ ਇੰਨੇ ਗੜਨੇ ਜੀ ਟਰਕੀ ਦੇ ਬੱਚੇ। ਸੋ ਇਹਨਾਂ ਥੱਲੇ ਪਾਏ ਜੀ ਟਰਕੀ ਦੇ ਆਂਡੇ, 15-20 ਦਿਨ ਤੱਕ ਬੱਚੇ ਨਿਕਲ ਆਉਣੇ ਆ। ਸੋ ਉਹ ਵੀ ਤੁਹਾਨੂੰ ਸ਼ੌਕ ਕਰਾਵਾਂਗੇ, ਜੇ ਕਿਸੇ ਲੈਣੇ ਹੋਣ ਤਾਂ ਤੁਹਾਨੂੰ ਦੱਸ ਦੇਣ ਜ਼ਰੂਰ, ਅਤੇ ਆਪਾਂ ਤੁਹਾਨੂੰ ਮਗੀ ਉਹ ਵੀ ਮਿਲ ਜਾਣਗੇ, ਠੀਕ ਆ ਜੀ, ਬੜੇ ਜਾਨਵਰ ਰੇਟ 'ਤੇ। ਚਲੋ ਜੀ ਆਹ ਵੇਖੋ ਬੱਕਰੀ ਹੈਗੀ ਜੇ, ਅਤੇ ਇਹ ਵੀ ਭਾਜੀ ਨੇ ਕਰਨੀ ਆ ਸੇਲ, ਅਤੇ ਇਹਦਾ ਤੁਹਾਨੂੰ ਰੇਟ ਪੁੱਛ ਕੇ ਦੱਸ ਦਾਂਗੇ ਜੋ ਵੀ ਹੋਏਗਾ। ਸੋ ਬਹੁਤ ਸੋਹਣੀ ਬੱਕਰੀ ਆ, ਅਤੇ ਬਾਕੀ ਨਸਲ ਨੁਸਲ ਕੀ ਆ ਇਹਦੇ ਬਾਰੇ ਤਾਂ ਮੈਨੂੰ ਨਹੀਂ ਕੋਈ ਪਤਾ ਹੈਗਾ, ਠੀਕ ਆ ਜੀ। ਸੋ ਜੇ ਕਿਸੇ ਨੇ ਲੈਣੀ ਹੋਈ ਤਾਂ ਜ਼ਰੂਰ ਦੱਸ ਦਿਓ ਜੀ। ਇਹ ਬੱਕਰੀ ਦਾ ਭਾਜੀ ਕਹਿੰਦੇ ਵੀ ਇਹ 10,000 ਬਾਕੀ ਮੰਗਦੇ ਆ, ਅਤੇ ਬਾਕੀ ਮਿਲ ਕੇ ਕੁਝ ਉੱਪਰ ਥੱਲੇ ਹੋ ਸਕਦਾ ਜੋ ਵੀ ਆ, ਠੀਕ ਆ ਜੀ। ਸੋ ਚੱਲਦੇ ਹਾਂ ਜੀ ਹੁਣ ਘਰ, ਅਤੇ ਮਿਲਦੇ ਹਾਂ ਜਾ ਕੇ ਤੁਹਾਨੂੰ ਘਰ ਦੇ ਨਾਲ ਆਪਣੇ ਬਰਡ ਵਿਖਾ ਦੇ। ਚਲੋ ਜੀ ਓਕੇ, ਆ ਗਏ ਆਪਾਂ ਘਰ, ਅਤੇ ਇੱਥੇ ਸਾਡੇ ਤੁਸੀਂ ਦੇਖ ਸਕਦੇ ਕਿ ਮੁਰਗੇ ਅਤੇ ਬੱਤਖਾਂ ਸਾਰੇ ਖੋਲ੍ਹੇ ਹੋਏ ਆ, ਅਤੇ ਇੱਧਰ ਆਪਾਂ ਦਿਖਾ ਦਿੱਤੇ ਤੁਹਾਨੂੰ ਸਾਡੀ ਮੁਰਗੀ। ਆਹ ਤੁਸੀਂ ਦੇਖ ਸਕਦੇ ਹੋ ਕਿ ਯਾਰ ਇਹਨਾਂ ਨੇ ਪਾਣੀ ਜਿਹਾ ਰੋੜ ਦਿੱਤਾ ਰੱਖਦਾ ਮੈਨੂੰ, ਅਤੇ ਮੁਰਗੀ ਅੰਦਰ ਬੈਠੀ ਆ। ਸੋ ਇਹਨਾਂ ਨੂੰ ਵੀ ਆਪਾਂ ਬਾਹਰ ਕੱਢਦੇ ਇੱਕ ਵਾਰੀ, ਅਤੇ
ਆ ਕੇ ਦਾਣੇ ਦੂਣੇ ਮੁਰਗੀ ਜਿਹੜੀ ਸਾਡੀ ਬਾਹਰ ਆ ਕੇ ਖਾਵੇ ਤਾਂ ਸਭ ਤੋਂ ਵਧੀਆ। ਸੋ ਇੱਦਾਂ ਰਹਿਣ ਦਿੰਦੇ ਹਾਂ, ਸੋ ਦੇਖਦੇ ਹਾਂ ਕਿ ਆਪੇ ਨਿਕਲਦੇ ਕਿ ਨਹੀਂ ਨਿਕਲਦੇ ਹੈਗੇ, ਅਤੇ ਥੋੜ੍ਹੀ ਬਹੁਤੀ ਇਹਨਾਂ ਨੂੰ ਵੀ ਆਦਤ ਪਵੇ ਬਾਹਰ ਨਿਕਲ ਕੇ ਦਾਣੇ ਦੂਣੇ ਖਾਣ ਦੀ। ਬੋਲਦੇ ਹੁਣ ਕਬੂਤਰ, ਅਤੇ ਇਹਨਾਂ ਨੂੰ ਵੀ ਬਾਹਰ ਕੱਢੀਏ, ਦਾਣੇ ਦੂਣੇ ਪਾ ਦਈਏ, ਅਤੇ ਆ ਜਾਓ ਵੀ ਮਿੱਤਰੋ, ਫਿਰ ਆ ਜਾਓ ਵੀ ਆ ਜਾਓ ਆ ਜਾਓ ਆ ਜਾਓ ਆ ਜਾਓ ਆਪਾਂ ਖੁੱਡਾ ਖੋਲ੍ਹਦੇ ਨਾ, ਅਤੇ ਸਾਡੇ ਜਿਹੜੇ ਦੋ ਚਾਰ ਕਬੂਤਰ ਆ ਡੇਲੀ ਇੱਦਾਂ ਉੱਡ ਜਾਂਦੇ ਆ, ਅਤੇ ਬੜਾ ਔਖਾ ਹੋ ਜਾਂਦਾ ਕਿਉਂਕਿ ਸ਼ਾਮ ਦਾ ਟਾਈਮ ਹੁੰਦਾ ਵਾ, ਅਤੇ ਸ਼ਾਮ ਨੂੰ ਵੀ, ਸਵੇਰ ਦਾ ਵੀ ਇਹੀ ਕੰਮ, ਅਤੇ ਸ਼ਾਮ ਨੂੰ ਵੀ। ਅਤੇ ਮੇਰਾ ਲੱਗਦਾ ਵੀ ਯਾਰ ਆਪਣੇ ਖੁੱਡੇ ਦੀ ਨਾ ਆਪਾਂ ਇਹਨਾਂ ਦੀ ਕਰ ਦਈਏ ਪਾਰਟੀਸ਼ਨ, ਅਤੇ ਇੱਕ ਬੰਨੇ ਕਬੂਤਰ ਕਰ ਦਈਏ, ਅਤੇ ਇੱਕ ਬੰਨੇ ਕਰ ਦਈਏ ਕਬੂਤਰੀਆਂ, ਜਿਹੜੇ ਸਾਡੇ ਜਾਂ ਉੱਡਣ ਵਾਲੇ ਕਬੂਤਰ ਅਲੱਗ ਕਰ ਦਿੰਦੇ ਹਾਂ, ਅਤੇ ਜਿਹੜੇ ਵੈਸੇ ਕਬੂਤਰ ਆ ਉਹਨਾਂ ਨੂੰ ਇੱਕ ਸਾਈਡ 'ਤੇ ਅਲੱਗ ਕਰ ਦਿੰਦੇ ਹਾਂ, ਅਤੇ ਸਾਡੀ ਕਬੂਤਰਾਂ ਦੀ ਮਤਲਬ ਕਿ ਖੁੱਡੇ ਦੀ ਪਾਰਟੀਸ਼ਨ ਵੀ ਕਾਫੀ ਵਧੀਆ ਹੋਣੀ ਆ। ਅਤੇ ਇਹਦਾ ਸੈਂਟਰ ਤਕਰੀਬਨ ਇਹੀ ਹੁੰਦਾ ਵਾ, ਅਤੇ ਇਹਦੇ ਵਿੱਚ ਕਰ ਦਿੰਦੇ ਹਾਂ ਦੁਆਰ, ਅਤੇ ਇੱਧਰ ਸਾਈਡ 'ਤੇ ਵੀ ਖਿੜਕਾ ਲਾ ਦਿੰਦੇ ਹਾਂ, ਇਹਦੇ 'ਤੇ ਚਲੋ ਲੱਗਾ ਹੀ ਨਾ ਦਰਵਾਜ਼ਾ। ਸੋ ਕਾਫੀ ਵਧੀਆ ਹੋਣਾ ਵਾ, ਅਤੇ ਇਹਦੇ ਨਾਲ ਇਹ ਹੋਣਗੇ ਵੀ ਸਾਡੇ ਜਿਹੜੇ ਕਬੂਤਰ ਡਾਊਣ ਵਾਲੇ ਆਪਾਂ ਅਲੱਗ ਰੱਖਾਂਗੇ, ਅਤੇ ਜਿਹੜੇ ਦੂਸਰੇ ਕਬੂਤਰ ਆਪਾਂ ਅਲੱਗ ਰੱਖ ਕੇ ਅਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਰੱਖ ਸਕਦੇ ਹਾਂ ਜੀ। ਉਹ ਦੇਖ ਸਕਦੇ ਹੋ ਕਬੂਤਰ ਜੋੜਾ ਇੱਕ ਇਹ ਆ, ਅਤੇ ਇੱਕ ਜੋੜਾ ਸਾਡਾ ਆ ਗਿਆ ਲਾਗੇ। ਆ ਜਾਓ ਵੀ, ਆ ਜਾਓ ਆ ਜਾਓ ਆ ਜਾਓ ਆ ਜਾਓ, ਉਹ ਵੀ ਆ ਹੀ ਜਾਣੇ ਵੈਸੇ ਤਾਂ ਲੱਗਦੇ। ਆ ਜਾ ਵੀ, ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ, ਵੈਰੀ ਗੁੱਡ। ਲਓ ਜੀ ਸਾਡਾ ਲਾਲ ਚੀਨਾ ਆ ਗਿਆ, ਅਤੇ ਇਹਦੀ ਕਬੂਤਰੀ ਵੀ ਆ ਰਹੀ ਆ। ਆ ਲਓ ਜੀ, ਆ ਜਾਓ ਵੀ, ਆ ਜਾ, ਓ ਵੈਰੀ ਗੁੱਡ। ਲਓ ਜੀ ਆਹ ਸਾਡੀ ਕਬੂਤਰੀ ਮਲਵਈ ਜਿਹੜੀ ਆਪਾਂ ਨਵੀਂ ਸੀ, ਅਤੇ ਉਹ ਕਬੂਤਰੀ ਆ, ਅਤੇ ਇਹਦੀ ਜੋੜੀ ਪੈ ਗਈ ਹੈ ਜੀ ਇਹਦੇ ਨਾਲ, ਉਹ ਸਾਡੇ ਕਬੂਤਰ ਦੀ ਜੋੜੀ ਇਹਨਾਂ ਪਈ ਆ, ਅਤੇ ਕਾਫੀ ਵਧੀਆ ਵਾ ਜੋੜਾ ਹੈ। ਅਤੇ ਇਹ ਸਾਡਾ ਨੀਲਾ ਸ਼ਰਾ ਜੀ, ਸੋ ਇਹਨੂੰ ਕਲਰ ਕੀਤਾ ਵਾ, ਕਾਫੀ ਵਧੀਆ ਲੱਗਦਾ ਪਿਆ, ਅਤੇ ਉਹ ਵੀ ਮੇਰੇ ਹਿਸਾਬ ਨਾਲ ਜਲਦੀ ਆਉਣਗੇ। ਕਬੂਤਰੀ ਸਾਡੀ ਥੱਲੇ ਆ, ਅਤੇ ਕਬੂਤਰ ਮੈਨੂੰ ਲੱਗਦਾ ਵੀ ਯਾਰ ਜਲਦੀ ਆਉਣ ਵਾਲਾ ਨਹੀਂ ਹੈ ਥੱਲੇ। ਸੋ ਚਲੋ ਇੱਦਾਂ ਕਰਦੇ ਹਾਂ ਵੀ ਇਹਨਾਂ ਨੂੰ ਦਾਣੇ ਦੂਣੇ ਪਾ ਦਿੱਤੇ ਆ, ਅਤੇ ਦਾਣੇ ਹੋਰ ਪਾ ਦਿੰਦੇ ਥੋੜ੍ਹੇ, ਅਤੇ ਚੱਲਦੇ ਖਰਗੋਸ਼ਾਂ ਵਾਲੀ ਸਾਈਡ 'ਤੇ। ਇਹਨਾਂ ਨੂੰ ਵੀ ਪਾਉਂਦੇ ਪੱਠੇ, ਅਤੇ ਗਿੰਨੀ ਪਿਗ ਉਹਨਾਂ ਨੂੰ ਵੇਖਦੇ ਹਾਂ, ਅਤੇ ਸਾਡੀਆਂ ਫਿੰਚਿਸ, ਜਾਵਾ ਫਿੰਚਿਸ, ਉਹ ਖਰਗੋਸ਼ ਜੋ ਵੀ ਆ ਸਾਰਿਆਂ ਦਿਖਾਲਦੇ ਹਾਂ ਤੁਹਾਨੂੰ ਜੀ, ਠੀਕ ਹੈ ਜੀ। ਅਤੇ ਲਓ ਜੀ ਪੱਠੇ ਪਾਉਂਦੇ ਜੀ ਆਪਾਂ ਖਰਗੋਸ਼ਾਂ ਨੂੰ, ਅਤੇ ਵੇਖੋ ਕਿਵੇਂ ਦੇਖ ਰਹੇ ਆ ਜੀ। ਇੱਥੇ ਪਾ ਦਿੱਤੇ ਪੱਠੇ, ਅਤੇ ਚੱਲਦੀਆਂ ਹੁਣ ਆਪਾਂ ਆਪਣੇ ਦੂਜੇ ਗਿੰਨੀ ਪਿਗ ਅਤੇ ਖਰਗੋਸ਼ਾਂ ਵਾਲੀ ਸਾਈਡ 'ਤੇ। ਸੋ ਸੁੱਖਣਾ ਉੱਥੇ ਵੀ ਕਾਫੀ ਸਾਡੇ ਰੌਣਕ ਹੋਈ ਪਈ ਹੈ, ਅਤੇ ਚਲੋ ਚੱਲਦੀਆਂ ਜੀ ਉੱਧਰ ਸਾਈਡ 'ਤੇ। ਉਹ ਹੁਣ ਚੱਲਦੇ ਜੀ ਆਪਾਂ ਆਪਣੇ ਮੇਨ ਮਾਸਟਰ ਕੇ ਦੇ, ਅਤੇ ਪਾਉਂਦੇ ਖਰਗੋਸ਼ਾਂ ਨੂੰ ਅਤੇ ਗਿੰਨੀ ਪਿਗ ਨੂੰ ਪੱਠੇ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਯਾਰ ਇਹਨਾਂ ਨੇ ਤਾਂ ਪਾ ਤਾਂ ਅੰਦਰ ਪੂਰਾ ਗਾਹ ਆਸ, ਵੇਖੋ ਤੁਸੀਂ ਪੂਰੀ ਮਿੱਟੀ ਇਹਨਾਂ ਨੇ ਕੀਤੀ ਜੀ ਖੇਰੂੰ ਖੇਰੂੰ। ਸੋ ਯਾਰ ਆ ਤਾਂ ਬਹੁਤ ਕੰਮ ਕੀਤਾ ਖਰਾਬ, ਅਤੇ ਆਪਾਂ ਲੈ ਕੇ ਆਉਣਾ ਸੀ ਪੱਠੇ, ਅਤੇ ਪੱਠੇ ਆਪਾਂ ਇੱਕ ਸਾਈਡ 'ਤੇ ਪਾ ਦਿੰਦੇ ਹਾਂ ਸਾਰਿਆਂ ਨੂੰ। ਚਲੋ ਜੀ ਇੱਥੇ ਆਪਾਂ ਪਾ ਦਿੱਤੇ ਪੱਠੇ ਸਾਰਿਆਂ ਖਰਗੋਸ਼ਾਂ ਨੂੰ, ਅਤੇ ਸਾਰੇ ਹੀ ਖਰਗੋਸ਼ ਸਾਡੇ ਤਕਰੀਬਨ ਆ ਗਏ ਆ ਜੀ, ਅਤੇ ਇੱਧਰ ਸਾਡੇ ਗਿੰਨੀ ਪਿਗ ਵੀ ਅੰਦਰੋਂ ਝਾਤੀ ਮਾਰਦੇ ਪਏ ਆ, ਅਤੇ ਬੱਚੇ ਵੀ ਸ਼ਾਇਦ ਅੰਦਰ ਇਹਨਾਂ ਦੇ, ਹਾਂ ਬੱਚੇ ਵੀ ਅੰਦਰ ਹੀ ਆ। ਸੋ ਇਹਨਾਂ ਨੂੰ ਖਾਣ ਦਿੰਦੇ ਪੱਠੇ, ਬਾਕੀ ਆਪਾਂ ਅੱਜ ਦੇਖਦੇ ਯਾਰ ਅੱਜ ਇੱਕ ਮਟਕੀ 'ਚੋਂ ਆਂਡਾ ਸੁੱਟਿਆ ਸੀ, ਹੁਣ ਉਹ ਦੇਖਦੇ ਨੇ ਵੀ ਕਿਹੜੀ ਮਟਕੀ ਵਿੱਚ ਆਂਡੇ ਆ, ਅਤੇ ਕਿਉਂ ਇਹਨਾਂ ਨੇ ਸੁੱਟੇ ਆ, ਇਹਦੇ ਵਿੱਚ ਹੈ ਨਹੀਂ ਆ। ਅਤੇ ਯਾਰ ਇਹ ਵਾਲਾ ਬੱਚਾ ਇਹਦੇ ਵਿੱਚ ਆਂਡੇ ਹੈਗੇ ਯਾਰ, ਇਹ ਵਾਲਾ ਬੱਚੇ ਨੂੰ ਪਤਾ ਨਹੀਂ ਕੀ ਪ੍ਰੋਬਲਮ ਆ, ਉਹ ਅੱਜ ਇਹਨੂੰ ਕੱਢ ਕੇ ਦੇਖਦੇ ਬਾਹਰ। ਯਾਰ ਇਹ ਵਾਲਾ ਬੱਚਾ ਤੁਸੀਂ ਦੇਖ ਸਕਦੇ ਹੋ ਕਿ ਵੈਸੇ ਤਾਂ ਠੀਕ ਹੈ, ਲੇਕਿਨ ਇਹ 'ਚ ਜੋ ਲੱਤਾਂ ਵਿੱਚ ਜਾਨ ਜੀ ਨਾ ਜਿੱਦਾਂ ਨਹੀਂ ਹੁੰਦੀ, ਅਤੇ ਖਲੋ ਨਹੀਂ ਪਾ ਰਿਹਾ ਹੈਗਾ। ਸੋ ਬਿਲਕੁਲ ਠੀਕ ਆ ਵੈਸੇ, ਆਪਾਂ ਇੱਥੇ ਰੱਖ ਕੇ ਅਤੇ ਤੁਹਾਨੂੰ ਫਿਰ ਵਿਖਾ ਲਦੇ ਯਾਰ। ਸੋ ਆਹ ਦੇਖੋ ਤੁਸੀਂ ਇਹਨੂੰ ਜਿੱਦਾਂ ਖਲੋਣਾ ਚਾਹੀਦਾ ਹੋਣਾ, ਤਾਂ ਖਲੋਂਦਾ ਨਹੀਂ ਹੈਗਾ, ਅਤੇ ਡਿੱਗ ਜਾਂਦਾ ਵਾਰ ਵਾਰ। ਆਹ ਦੇਖੋ ਸ਼ਾਇਦ ਇਹਦੀਆਂ ਲੱਤਾਂ ਲੁੱਤਾਂ ਕੋਈ ਪ੍ਰੋਬਲਮ ਆ, ਸੋ ਯਾਰ ਪਤਾ ਨਹੀਂ ਜੀ ਇਹਦੇ ਬਾਰੇ। ਅਤੇ ਮੈਂ ਇਹਨੂੰ ਇੱਕਦਮ ਥੱਲੇ ਡਿੱਗਿਆ ਅਤੇ ਚੱਕ ਕੇ ਉੱਪਰ ਰੱਖਿਆ, ਬਸ ਇੰਨਾ ਹੀ ਆਪਾਂ ਕੀਤਾ ਵਾ, ਅਤੇ ਉਹ ਤੋਂ ਬਾਅਦ ਬੱਚਾ ਤਾਂ ਸਹੀ ਸਲਾਮਤ ਆ, ਲੇਕਿਨ ਅਜੇ ਤੱਕ ਪੂਰਾ ਸੈੱਟ ਜਿਹਾ ਨਹੀਂ ਹੋ ਰਿਹਾ ਹੈਗਾ ਯਾਰ, ਇਹ ਪਤਾ ਨਹੀਂ ਕੀ ਚੱਕਰ ਵਾ।
ਸੋ ਜੇ ਕੁਝ ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਹੋਵੇ ਤਾਂ ਜ਼ਰੂਰ ਦੱਸੋ ਸਾਨੂੰ। ਸੋ ਆਪਾਂ ਰੱਖ ਦਿੰਦੇ ਵਾਪਸ ਇਹਨੂੰ। ਇੱਥੇ ਸਾਡੀ ਮਟਕੀ ਵਿੱਚ ਦੇਖੋ ਤੁਸੀਂ ਬੱਚੇ, ਇਹ ਬਿਲਕੁਲ ਤੰਦਰੁਸਤ ਆ ਜੀ ਅਤੇ ਓਕੇ ਆ ਜੀ। ਅਤੇ ਬੱਚੇ 'ਚ ਪੰਜ ਹੀ ਆ, ਸੋ ਵੈਸੇ ਉੱਦਾਂ ਲੱਗਦਾ ਵੀ ਚਾਰ ਬੱਚੇ ਆ ਅਤੇ ਬੱਚੇ ਪੰਜ ਆ, ਅਤੇ ਬਹੁਤ ਹੀ ਵਧੀਆ ਕਲਰ ਬਹੁਤ ਸੋਹਣੇ ਨੇ ਇਹਨਾਂ ਦੇ ਸਾਰਿਆਂ ਦੇ। ਸੋ ਵਾਈਟ ਹੈਗਾ ਵਾ ਅਤੇ ਇੱਕ ਯੈਲੋ ਵੀ ਆ, ਸੋ ਬਲੈਕ ਬਲੈਕ ਵੀ ਆ। ਸੋ ਕਾਫੀ ਵਧੀਆ ਵਾ ਜੀ, ਜਦੋਂ ਵੱਡੇ ਹੋਣਗੇ ਕਲਰ ਤਾਂ ਫਿਰ ਇਹਨਾਂ ਦੇ ਪਤੇ ਲੱਗਣੇ ਸਾਰੇ। ਠੀਕ ਆ ਜੀ। ਸੋ ਇੱਥੇ ਸਾਡੇ ਲੱਕਿਆਂ ਦਾ ਜੋੜਾ ਠੀਕ ਆ ਜੀ, ਇਹਨਾਂ ਨੂੰ ਪਾਣੀ ਰੱਖਿਆ, ਦਾਣੇ ਦੂਣੇ ਪਾਏ ਹੋਏ ਆ, ਅਤੇ ਕੰਗਣੀ ਇਹਨਾਂ ਦੀ ਦੇਖੀ ਯਾਰ, ਕੰਗਣੀ ਬਹੁਤ ਹੈਗਾ ਹੈ ਅਤੇ ਰੱਖ ਦਿੰਦੇ ਕੰਗਣੀ ਵੀ। ਸੋ ਪਾਣੀ ਇੱਥੇ ਆਪਾਂ ਵੱਖਰਾ ਨਾ ਪਲੇਟ ਵਿੱਚ ਰੱਖਿਆ ਵਾ, ਕਿਉਂਕਿ ਮੈਨੂੰ ਲੱਗਦਾ ਕਿ ਸ਼ਾਇਦ ਖਰਗੋਸ਼ ਜ਼ਿਆਦੇ ਆ ਅਤੇ ਇਹਨਾਂ ਦੇ ਕਾਰਨ ਸ਼ਾਇਦ ਹੋ ਸਕਦਾ ਸਾਡੀਆਂ ਬੱਜੀ ਥੱਲੇ ਨਹੀਂ ਆਉਂਦੀਆਂ ਹੋਣੀਆਂ, ਡਰਦੀਆਂ ਹੋਣੀਆਂ। ਸੋ ਆਪਾਂ ਇਹਨਾਂ ਦਾ ਵੱਖਰਾ ਰੱਖ ਦਿੱਤਾ ਵਾ। ਸੋ ਵਧੀਆ ਵਾ ਸਾਰਾ ਸਿਸਟਮ, ਤੁਸੀਂ ਦੇਖ ਸਕਦੇ ਵੀ ਪਰਿਵਾਰ ਕਾਫੀ ਵੱਡਾ ਹੋ ਗਿਆ ਖਰਗੋਸ਼ਾਂ ਦਾ। ਬਾਕੀ ਆਪਾਂ ਇਹਨਾਂ 'ਚ ਸੇਲ ਵੀ ਜ਼ਰੂਰ ਕਰਾਂਗੇ। ਠੀਕ ਹੈ ਜੀ। ਜੇ ਕਿਸੇ ਨੇ ਲੈਣੇ ਹੋਣ ਤਾਂ ਜ਼ਰੂਰ ਦੱਸਿਓ ਜੀ, ਬਹੁਤ ਹੀ ਘੱਟ ਰੇਟ 'ਤੇ ਆਪਾਂ ਸੇਲ ਕਰਦੇ ਹਾਂ। ਸੋ ਇੱਧਰ ਸਾਡੀਆਂ ਜਾਵਾ ਫਿੰਚ ਅਤੇ ਇਹਨਾਂ ਦੀ ਕੰਗਣੀ ਵੀ ਹੈਗੀ ਆ, ਅਤੇ ਪਾਣੀ ਥੋੜ੍ਹਾ ਘੱਟ ਵਾ, ਪਾਣੀ ਹੋਰ ਰੱਖ ਦਿੰਦੇ ਹਾਂ। ਅਤੇ ਬਾਕੀ ਮੇਰੇ ਹਿਸਾਬ ਨਾਲ ਜਲਦੀ ਹੀ ਆਂਡੇ ਵੀ ਦੇਣੀਆਂ, ਮੇਰੇ ਹਿਸਾਬ ਨਾਲ ਨਾ ਆਂਡੇ ਦੇ ਨਾ ਦਿੱਤੇ ਹੋਣ ਯਾਰ, ਪਰ ਜੇ ਦਿੱਤੇ ਹੁੰਦੇ ਤਾਂ ਸਾਰੀਆਂ ਬੱਜਿਸ ਦੇ ਵਿੱਚੋਂ ਜੋ ਵੀ ਆਂਡੇ ਦੇਣ ਵਾਲੀ ਉਹਨਾਂ ਨੇ ਮਟਕੀ ਦੇ ਅੰਦਰ ਹੋਣਾ ਵਾ। ਇੱਧਰ ਆਪਾਂ ਕਬੂਤਰ ਵਾਲੀ ਸਾਈਡ 'ਤੇ ਤਾਂ ਆ ਗਏ ਹਾਂ, ਲੇਕਿਨ ਸਾਡਾ ਕਬੂਤਰ ਜਿਹੜਾ ਵਾ ਉਹ ਹਲੇ ਵੀ ਉੱਡ ਰਿਹਾ ਵਾ, ਅਤੇ ਮੌਸਮ ਦਾ ਪਤਾ ਕੋਈ ਨਹੀਂ ਯਾਰ ਕਿਹੜੇ ਵੇਲੇ ਕੀ ਹੋ ਜਾਣਾ ਵਾ, ਕਿਉਂਕਿ ਬੱਦਲਵਾਈ ਆ ਪੂਰੀ। ਤਾਂ ਤੁਸੀਂ ਦੇਖ ਸਕਦੇ ਸ਼ੌਕ ਕਰੋ ਕਬੂਤਰ ਦਾ, ਇੱਕ ਕਾਲੇ ਸਿਰ ਵਾਲਾ ਕਬੂਤਰ ਹੀ ਆ। ਅਤੇ ਯਾਰ ਇਹਦੇ ਬਾਰੇ ਤਾਂ ਮੈਨੂੰ ਕਮੈਂਟ ਵੀ ਕਾਫੀ ਆ ਰਹੇ ਆ ਵੀ ਜਿਹੜਾ ਇਹ ਕਬੂਤਰ ਆ ਇਹਨੂੰ ਉਡਾਇਆ ਨਾ ਕਰੋ, ਕਿਉਂਕਿ ਇਹ ਨਿਕਲ ਮਕੀ ਭੱਜ ਸਕਦਾ ਵਾ, ਅਤੇ ਬਾਬਾ ਮਿਹਰ ਕਰੇ ਵੀ ਉਹੀ ਕੰਮ ਨਾ ਹੋਵੇ। ਅਤੇ ਬਾਕੀ ਇਹਦਾ ਕਾਰਨ ਦੱਸੋ ਵੀ ਕਿਉਂ ਜਿਹੜਾ ਕਹਿ ਰਹੇ ਤੁਸੀਂ ਵੀ ਕਬੂਤਰ ਭੱਜ ਜਾਣਾ ਵਾ, ਸੋ ਮੈਨੂੰ ਪਤਾ ਲੱਗਣਾ ਚਾਹੀਦਾ ਵਾ, ਅਤੇ ਆਪਾਂ ਇਹਨੂੰ ਫਿਰ ਸਾਂਭ ਕੇ ਰੱਖੀਏ ਯਾਰ, ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਕਬੂਤਰੇ ਭੱਜੂ, ਕਿਉਂਕਿ ਆਪਾਂ ਪਿਛਲੇ ਸਾਲ ਦੇ ਇਹਨੂੰ ਉਡਾ ਰਹੇ ਹਾਂ ਅਤੇ ਕਿਤੇ ਨਹੀਂ ਗਿਆ ਕਬੂਤਰ ਸਾਡੇ ਕੋਲ ਹੀ ਆ ਕਾਫੀ ਟਾਈਮ ਦਾ। ਅਤੇ ਬਾਕੀ ਮੈਨੂੰ ਕਮੈਂਟਾਂ ਜ਼ਰੂਰ ਦੱਸ ਦਿਓ ਵੀ ਕਬੂਤਰ ਕਿਉਂ ਭੱਜਣਾ ਵਾ, ਸੋ ਆਪਾਂ ਉਹਦੇ ਕਾਰਨ ਸਾਨੂੰ ਸਮਝ ਲੱਗੇ ਅਤੇ ਆਪਾਂ ਫਿਰ ਕਬੂਤਰ ਦੀ ਸਾਂਭ ਕਰ ਸਕੀਏ। ਠੀਕ ਹੈ ਜੀ। ਆਪਾਂ ਨੂੰ ਇੱਕ ਸ਼ੱਕ ਹੈਗਾ ਕਿ ਡਰ ਸੀ ਕਿ ਜਿਹੜੀਆਂ ਸਾਡੀਆਂ ਬੱਜੀ ਸਾਹ ਸ਼ਾਇਦ ਖਰਗੋਸ਼ ਜ਼ਿਆਦੇ ਆ ਅਤੇ ਥੱਲੇ ਆਉਣ ਤੋਂ ਡਰਨ ਗਿਆ, ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਯਾਰ ਇਹ ਸਾਰੇ ਰਲ ਮਿਲ ਕੇ ਅਤੇ ਪੱਠੇ ਖਾ ਰਹੀਆਂ ਵਾ। ਸੋ ਪਹਿਲਾਂ ਤਾਂ ਖਾ ਲੈਂਦੀਆਂ ਅਤੇ ਮੈਨੂੰ ਹੁਣ ਡਰ ਕਿ ਖਰਗੋਸ਼ ਜ਼ਿਆਦੇ ਹੋ ਗਿਆ, ਅਤੇ ਹੋ ਸਕਦਾ ਵੀ ਜਿਹੜੀਆਂ ਸਾਡੀਆਂ ਬੱਜੀਸ ਆ ਥੱਲੇ ਉਤਰਨ ਤੋਂ ਥੋੜ੍ਹਾ ਡਰਨ, ਅਤੇ ਤਾਂ ਕਰਕੇ ਇਹਨਾਂ ਦਾ ਪਾਣੀ ਜਿਹੜਾ ਆਪਾਂ ਵੱਖਰਾ ਰੱਖਿਆ ਪਲੇਟ ਦੇ ਵਿੱਚ। ਸੋ ਉਹ ਦੇਖੋ ਤੁਸੀਂ ਗਿੰਨੀ ਪਿੱਗ ਦੇ ਉੱਤੇ ਬੈਠੀ ਹੋਈ ਆ ਹੁਣ, ਅਤੇ ਕੋਈ ਚੱਕਰ ਹੀ ਨਹੀਂ ਡਰ ਵਾਲਾ, ਅਤੇ ਇਹ ਤਾਂ ਪਿਆਰ ਹੀ ਪਿਆਰ ਵਾ, ਅਤੇ ਬਹੁਤ ਵਧੀਆ ਲੱਗਦਾ ਪਿਆ ਜੀ ਸਿਸਟਮ ਸਾਰਾ। ਸੋ ਚਲੋ ਇਹਨਾਂ ਨੂੰ ਖਾਣ ਦਿੰਦੇ ਆਪਾਂ, ਪੱਠੇ ਤਾਂ ਨਿਕਲਦੇ ਹਾਂ ਜੀ ਬਾਹਰ। ਅਤੇ ਯਾਰ ਅਸੀਂ ਖਰਗੋਸ਼ਾਂ ਦੇ ਬੱਚੇ ਵੀ ਦੇਖਦੇ ਹਾਂ ਕਿ ਕਿਹੜੇ ਕਿਹੜੇ ਹੋ ਗਏ ਆ, ਅਤੇ ਚੱਲ ਕੇ ਅੰਦਰ ਅਤੇ ਨਾਲੇ ਤੁਹਾਨੂੰ ਵਿਖਾਉਂਦੇ ਹਾਂ ਜੀ। ਅਤੇ ਆ ਗਏ ਹਾਂ ਜੀ ਖਰਗੋਸ਼ਾਂ ਦੇ ਖੁੱਡੇ ਵਿੱਚ, ਅਤੇ ਦੇਖਦੇ ਹਾਂ ਜੀ ਅੰਦਰ ਇਹਨਾਂ ਦੇ ਬੱਚੇ। ਅਤੇ ਲਓ ਵੀਰੇ ਕਾਫੀ ਵੱਡੇ ਹੋ ਗਏ ਯਾਰ, ਅਤੇ ਇਹਨਾਂ ਵਿੱਚ ਆਹ ਦੇਖੋ ਇੱਕ ਅੰਦਰ ਕਾਲਾ, ਸੋ ਇਹ ਰਾਹ ਵਾਲੀ ਸਾਈਡ 'ਤੇ ਆ, ਅਤੇ ਇੱਕ ਵੱਡਾ ਆਇਆ ਵਾ, ਅਤੇ ਬਾਕੀ ਇੱਕ ਹੁਣ ਦੇਖਦੇ ਕਿੰਨੇ ਬੱਚੇ ਆ, ਦੋ ਅਤੇ ਦੋ ਚਾਰ ਬੱਚੇ ਆ ਜੀ, ਦੋ ਵਾਈਟ ਦੋ ਵਾਈਟ ਬਲੈਕ। ਸੋ ਕਾਫੀ ਵਧੀਆ ਲੱਗਦੇ ਪਏ ਆ, ਅੱਜ ਮੈਂ ਦੇਖੇ ਕਾਫੀ ਦਿਨਾਂ ਬਾਅਦ, ਅਤੇ ਬੱਚੇ ਕਾਫੀ ਵੱਡੇ ਹੋ ਗਏ ਆ, ਬਹੁਤ ਹੀ ਸੋਹਣੇ ਬੱਚੇ ਆ, ਅਤੇ ਕਾਫੀ ਵਧੀਆ ਲੱਗਦੇ ਪਏ ਯਾਰ, ਕਿੰਨੇ ਸੋਹਣੇ ਨਾ ਯਾਰ। ਅਤੇ ਜਲਦੀ ਜਲਦੀ ਬਾਹਰ ਆਉਣਗੇ ਅਤੇ ਰੌਣਕ ਹੋਰ ਵੱਧ ਜਾਣੀ ਸਾਡੇ। ਖਰਗੋਸ਼ਾਂ ਦੇ ਬੱਚੇ ਯਾਰ ਕਾਫੀ ਵੱਡੇ ਹੋ ਗਏ ਆ, ਅਤੇ ਜਿਹੜੇ ਦੋ ਬੱਚੇ ਆ ਉਹ ਵੀ ਕਾਫੀ, ਮਤਲਬ ਕਿ ਜਿਹੜੇ ਵੱਡੇ ਬੱਚੇ ਉਹ ਕਾਫੀ ਵੱਡੇ ਆ, ਅਤੇ ਜਿਹੜੇ ਛੋਟੇ ਆ ਉਹ ਪਹਿਲਾਂ ਨਾਲ ਕਾਫੀ ਵੱਡੇ ਹੋਏ ਆ, ਅਤੇ ਦੋ ਵਾਈਟ ਆ ਅਤੇ ਦੋ ਵਾਈਟ ਬਲੈਕ ਆ, ਅਤੇ ਬਹੁਤ ਸੋਹਣੇ ਬੱਚੇ ਆ, ਅਤੇ ਇੱਕ ਵਾਈਟ ਆ ਅਤੇ ਇੱਕ ਬਲੈਕ ਸਾਡਾ ਵੱਡਾ ਜਿਹੜਾ ਬੱਚਾ, ਸੋ ਉਹ ਵੀ ਕਾਫੀ ਵਧੀਆ ਵਾ। ਅਤੇ ਯਾਰ ਮੈਂ ਕਹਿੰਦਾ ਵੀ ਰੌਣਕਾਂ ਰੌਣਕਾਂ ਹੋ ਗਈਆਂ ਵਾ, ਅਤੇ ਹੁਣ ਮੈਨੂੰ ਇਹ ਫਿਕਰ ਪਈ ਵੀ ਇਹਨਾਂ ਨੂੰ ਸਾਂਭਣਾ ਕਿੱਦਾਂ ਵਾ, ਅਤੇ ਕਿਉਂਕਿ ਪਰਿਵਾਰ ਕਾਫੀ ਵੱਡਾ ਹੋ ਗਿਆ ਵਾ, ਅਤੇ ਗਿਣਤੀ ਕੀਤੀ ਜਾਵੇ ਅਤੇ ਅੱਠ ਸੋਲ੍ਹਾਂ ਸੋਲ੍ਹਾਂ, ਅਤੇ ਮੇਰੇ ਹਿਸਾਬ ਨਾਲ ਇਹ 21-22 ਯਾਰ ਹੋ ਗਏ ਆ,
ਯਾਰ ਇਹਨਾਂ ਨੂੰ ਪੱਠੇ ਕੌਣ ਪਾਊਗਾ, ਮੈਨੂੰ ਇਹ ਨਹੀਂ ਸਮਝ ਆਉਣ ਡੀ ਪੱਠੇ ਕਿੰਨੇ ਖਾਣਗੇ। ਸੋ ਕੋਈ ਗੱਲ ਨਹੀਂ, ਬਾਬੇ ਦੀ ਕਿਰਪਾ ਦੇ ਨਾਲ ਸਾਰਾ ਕੁਝ ਚੱਲਦਾ ਜਾ ਰਿਹਾ ਵਾ। ਸੋ ਬਾਕੀ ਆਪਾਂ ਜੋ ਸੇਲ ਵੀ ਕਰਾਂਗੇ ਬੱਚੇ ਹੁਣ, ਅਤੇ ਬਾਕੀ ਦੇਖਦੇ ਹਾਂ ਜਿੱਦਾਂ ਵੀ ਚੱਲੂਗਾ ਚਲਾਵਾਂਗੇ ਜੀ। ਠੀਕ ਹੈ ਜੀ ਜੀ, ਸਾਡਾ ਕਾਲਸਿਰਾ ਵੀ ਜਿਹੜਾ ਕਬੂਤਰ ਆ ਗਿਆ ਕਾਲੇ ਸਿਰ ਵਾਲਾ, ਅਤੇ ਆਇਆ ਵੇ ਮਿੱਤਰ ਆਇਆ, ਤੇਰੀ ਵੇਟ ਹੋ ਰਹੀ ਆ। ਆਪਾਂ ਇਹਨਾਂ ਨੂੰ ਅੰਦਰ ਹੀ ਕਰ ਦਿੱਤਾ ਫੀਡ ਦਾ ਪ੍ਰੋਗਰਾਮ, ਅਤੇ ਅੰਦਰ ਇਹਨਾਂ ਨੂੰ ਰੱਖ ਦਿੱਤੀ ਆ ਜੀ, ਕੰਗਣੀ ਪਾ ਦਿੱਤੀ ਆ ਅਤੇ ਫੀਡ ਪਾ ਤੀ, ਮਿਕਸ ਕੀਤਾ ਸਾਰਾ ਕੁਝ ਦਲੀਆ ਵਿੱਚ ਪਾ ਕੇ ਸਾਰਿਆਂ ਨੂੰ ਇਕੱਠਾ ਰੱਖ ਦਿੱਤਾ ਵਾ, ਇੱਥੇ ਪਾਣੀ ਰੱਖ ਦਿੱਤਾ ਵਾ। ਸੋ ਕੁੱਕੜੀ ਨੇ ਵੀ ਖਾ ਲਿਆ ਅਤੇ ਸਾਡੇ ਚੂਚਿਆਂ ਨੇ ਨਿੱਕੇ ਨਿੱਕੇ ਨੇ ਖਾ ਲਿਆ ਵਾ। ਅਤੇ ਇੱਧਰ ਸਾਡਾ ਕਬੂਤਰ ਆ ਗਿਆ ਜੀ ਕਾਲੇ ਸਿਰ ਵਾਲਾ, ਅਤੇ ਆਹ ਦੇਖੋ ਸਾਡਾ ਕਬੂਤਰ, ਠੀਕ ਆ ਜੀ, ਅਤੇ ਆ ਗਿਆ ਜੀ ਵਾਪਸ। ਸੋ ਇਹਦੇ ਬਾਰੇ ਜ਼ਰੂਰ ਸਾਨੂੰ ਦੱਸਣਾ ਕਿ ਜਿਹੜਾ ਤੁਸੀਂ ਕਹਿ ਰਹੇ ਵੀ ਯਾਰ ਕਬੂਤਰ ਤੁਹਾਡਾ ਕਾਲੇ ਸਿਰ ਵਾਲਾ ਜਿਹੜਾ ਨਿਕਲ ਜਾਣਾ ਉਹ ਉਡਾਇਆ ਨਾ ਕਰੋ। ਸੋ ਇਹਦੇ ਬਾਰੇ ਮੈਨੂੰ ਜ਼ਰੂਰ ਦੱਸਿਓ, ਠੀਕ ਆ ਬਾਈ, ਅਤੇ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਕਰਾਂਗੇ। ਸੋ ਬਾਕੀ ਜੇ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਯਾਰ ਪਲੀਜ਼ ਸਭ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਯਾਰ। ਜਿੰਨੇ ਸਾਡੀ ਮੇਰੇ ਹਿਸਾਬ ਨਾਲ ਜਿੰਨੇ ਵੀ ਵਿਊ ਹੁੰਦੇ ਆ, ਵੈਸੇ ਵਿਊ ਤਾਂ ਬਹੁਤ ਜ਼ਿਆਦਾ ਨਹੀਂ ਹੁੰਦੇ ਹੈਗੇ, ਅਤੇ ਬਾਕੀ ਸਪੋਰਟ ਦੀ ਲੋੜ ਹੈ ਯਾਰ, ਸਪੋਰਟ ਮੈਨੂੰ ਚਾਹੀਦੀ ਹੈ, ਕਿਉਂਕਿ ਤੁਹਾਡੀ ਸਪੋਰਟ ਤੁਸੀਂ ਕਰੋਗੇ ਅਤੇ ਫਿਰ ਆਪਾਂ ਥੋੜ੍ਹਾ ਬਹੁਤਾ ਕਾਮਯਾਬ ਹੋਣਾ ਵਾ, ਠੀਕ ਹੈ ਜੀ। ਸੋ ਸਪੋਰਟ ਜ਼ਰੂਰ ਕਰੋ, ਠੀਕ ਹੈ, ਅਤੇ ਬਾਕੀ ਲਾਈਕ ਜ਼ਰੂਰ ਕਰਦਿਆ ਕਰੋ, ਕਿਉਂਕਿ ਤੁਸੀਂ ਵੀਡੀਓ ਦੇਖਦੇ ਹੋ ਲੇਕਿਨ ਲਾਈਕ ਨਹੀਂ ਕਰਦੇ। ਲਾਈਕ ਮਹਾਂ ਇਹਦੇ 20-25 ਲਾਈਕ ਹੁੰਦੇ ਆ, ਅਤੇ 600-700 ਤੱਕ ਸਾਡੇ ਵਿਊ ਪਹੁੰਚ ਜਾਂਦੇ ਆ, ਅਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿੰਨੇ ਸਾਨੂੰ ਲਾਈਕ ਕਰਦੇ ਆ ਅਤੇ ਕਿੰਨੇ ਕੁ ਓਏ ਹੋ ਕੀ ਹੋ ਗਿਆ ਕੀ ਓਏ ਹੋਏ ਬਸ 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 ਯਾਰ ਆਹ ਮੁਰਗੀ ਦਾ ਦੇਖੋ ਕੀ ਹਾਲ ਆ ਯਾਰ, ਇਹ ਬੂਟੇ ਸਾਰੇ ਹੀ ਦਫਾ ਕਰ ਦਿੱਤੇ ਇਹਨਾਂ ਨੇ ਯਾਰ, ਕੀ ਕਰਾਂ ਇਹਨਾਂ ਦਾ ਮੈਂ। ਸੋ ਕਮੈਂਟਾਂ ਦੀ ਗੱਲ ਕਰਦੇ ਸੀ ਅਤੇ ਕਮੈਂਟ ਵੀ ਕਰਦਿਆ ਕਰੋ, ਠੀਕ ਹੈ ਜੀ, ਅਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਯਾਰ, ਠੀਕ ਹੈ ਜੀ। ਅਤੇ ਬਾਕੀ ਮੌਸਮ ਅੱਜ ਫੇਰ ਹੋਇਆ ਜੀ ਠੰਡਾ ਜਿਹਾ, ਅਤੇ ਦੇਖਿਆ ਕਿ ਬੱਦਲ ਹੋਇਆ ਪਿਆ ਵਾ, ਅਤੇ ਦਾਣਾ ਪਾਣੀ ਸਾਰਿਆਂ ਨੂੰ ਕਰਾ ਦਿੱਤਾ, ਅਤੇ ਕਬੂਤਰ ਸਾਡੇ ਵੇਟ ਕਰਦੇ ਪਏ ਵੀ ਖੁੱਡਾ ਖੁੱਲ੍ਹੇ ਅਤੇ ਅੰਦਰ ਜਾਈਏ, ਅਤੇ ਬਾਕੀ ਮੁਰਗੀਆਂ ਸਾਡੀਆਂ ਆਂਡੇ ਦੇ ਰਹੀਆਂ ਵਾ, ਇਹਨਾਂ 'ਚੋਂ ਇੱਕ ਮੁਰਗੀ ਆਂਡਾ ਦੇ ਰਹੀ ਆ, ਅੱਜ ਮੈਂ ਵੱਖਰੀਆਂ ਡੱਕੀਆਂ ਅਤੇ ਉਹਨਾਂ 'ਚੋਂ ਇੱਕ ਆਂਡਾ ਦਿੱਤਾ ਵਾ, ਅਤੇ ਇੱਕ ਦੂਜੀ ਨੇ ਦਿੱਤਾ ਜਿਹੜੀ ਸਾਡੀ ਪੁਰਾਣੀ ਮੁਰਗੀ ਆ, ਅਤੇ ਇਹਨਾਂ 'ਚੋਂ ਇੱਕ ਮੁਰਗੀ ਆਂਡਾ ਦੇ ਰਹੀ ਆ, ਸੋ ਦੂਸਰੀ ਵੀ ਜਲਦੀ ਆਂਡਾ ਦੇਗੀ ਅਤੇ ਵਧੀਆ ਹੋਣਾ ਸਾਰਾ ਸਿਸਟਮ, ਠੀਕ ਹੈ। ਬਾਕੀ ਕਮੈਂਟ ਵੀ ਤੁਹਾਡੇ ਪੜ੍ਹਦੇ ਹਾਂ, ਵੀਡੀਓ ਲੰਬੀ ਹੋ ਜਾਂਦੀ ਕਾਫੀ, ਸੋ ਇਸ ਕਰਕੇ ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਨੀ ਹੈਗੀ, ਕਾਫੀ ਹੋ ਗਿਆ ਅਤੇ ਕਮੈਂਟ ਆਪਾਂ ਲੱਗੇ ਹਾਂ ਜੀ ਪੜ੍ਹਨ। ਸੋ ਪਹਿਲਾ ਕਮੈਂਟ ਸੀ ਸਾਡੇ ਸਤਪਾਲ ਵੀਰ ਦਾ, ਸੋ ਸਤਪਾਲ ਵੀਰ ਜੀ ਨੇ ਕਿਹਾ ਕਿ ਜਿਹੜਾ ਆਪਾਂ ਕੱਲ੍ਹ ਕਮੈਂਟ ਬੋਲਿਆ ਸੀ ਨਾ ਉਹ 'ਚ ਆਪਾਂ ਸਤਪਾਲ ਵੀਰ ਦੇ ਨਾਂ ਨਹੀਂ ਲਿਖਿਆ, ਅਤੇ ਸਾਨੂੰ ਲੱਗਾ ਜਿੱਦਾਂ ਸਿਮਰਨ ਵੀਰ ਦਾ ਵਾ, ਅਤੇ ਕਹਿ ਰਹੇ ਵੀ ਸਾਡਾ ਨਾਂ ਮੇਰਾ ਨਾਮ ਸਿਮਰਨ ਨਹੀਂ ਆ ਸਤਪਾਲ ਆ। ਸੋ ਹੁਣ ਮੈਨੂੰ ਪੱਕਾ ਕਨਫਰਮ ਹੋ ਗਿਆ ਵੀ ਤੁਹਾਡਾ ਨਾਂ ਸਤਪਾਲ ਆ, ਅਤੇ ਗਾਂ ਤੋਂ ਮੈਂ ਧਿਆਨ ਰੱਖਾਂਗਾ, ਤੁਸੀਂ ਦੱਸਿਆ ਸਾਨੂੰ ਆਪਣਾ ਨਾਂ, ਸੋ ਥੈਂਕ ਯੂ ਵੀਰੇ। ਠੀਕ ਜੀ ਸਾਡੇ ਜਗਮੀਤ ਢਿੱਲੋਂ ਦਾ, ਸੋ ਵੀਰ ਕਹਿ ਰਹੇ ਵੀ ਨਾਈਸ ਵੀਡੀਓ ਵੀਰੇ, ਥੈਂਕ ਯੂ, ਸ਼ੁਕਰੀਆ ਜੀ। ਸਾਡੇ ਲੱਖੀ ਸਿੰਘ ਵੀਰ ਦਾ, ਸੋ ਇਹ ਕਹਿ ਰਿਹਾ ਕਿ ਸਾਡਾ ਨਾਮ ਬੋਲਣਾ ਵਾ ਜੀ, ਇਹਨਾਂ ਨੇ ਨਾਮ ਜਿਹੜਾ ਦਿੱਤਾ ਉਹ ਹੈਗਾ ਜੀ ਹਰਮਨ ਮਸਾਣਾ, ਸੋ ਕਹਿ ਰਹੇ ਵੀ ਹਰਮਨ ਮਸਾਣਾ ਸਾਡਾ ਨਾਂ ਬੋਲ ਦਿਓ। ਸੋ ਲਓ ਜੀ ਵੀਰ ਜੀ ਆਪਾਂ ਨਾਮ ਬੋਲ ਦਿੱਤਾ ਵਾ, ਅਤੇ ਸ਼ੁਕਰੀਆ, ਮਿਹਰਬਾਨੀ ਤੁਸੀਂ ਸਾਡੇ ਚੈਨਲ 'ਤੇ ਆਏ ਆ, ਵਿਜਿਟ ਕੀਤਾ ਵਾ ਅਤੇ ਆ ਕੇ ਸਾਨੂੰ ਕਮੈਂਟ ਵੀ ਕੀਤਾ ਸੋਹਣਾ ਜਿਹਾ, ਅਤੇ ਬੋਲਣ ਬਾਰੇ ਕਿਹਾ ਨਾਮ, ਸੋ ਆਪਾਂ ਨਾਂ ਤੁਹਾਡਾ ਬੋਲਿਆ। ਸੋ ਇੱਦਾਂ ਹੀ ਸਾਡੇ ਨਾਲ ਮੇਲ ਮਿਲਾਪ ਕਰਦੇ ਰਹੋ, ਸੋ ਪਿਆਰ ਦਿੰਦੇ ਰਹੋ ਜੀ, ਠੀਕ ਹੈ ਜੀ। ਜੀ ਸਾਡੇ ਜੇ ਬੀ ਜੈਸਫ, ਸੋ ਕਹਿ ਰਹੇ ਵੀ ਕਬੂਤਰਾਂ ਨੂੰ ਤੁਸੀਂ ਛੱਤਰੀ 'ਤੇ ਲਗਾ ਦਿਉ, ਅਤੇ ਮੇਰਾ ਤਿੰਨ ਕਿ ਭਾਅ ਜੋ ਪੱਠੇ ਉਹਨਾਂ ਦੇ ਲਵਾਂਗੇ ਯਾਰ, ਉਹਨਾਂ ਨੂੰ ਛੱਤਰੀ 'ਤੇ ਲਵਾਂਗੇ, ਅਤੇ ਕਮੈਂਟ ਤੁਹਾਡਾ ਮੈਨੂੰ ਕਾਫੀ ਵਧੀਆ ਲੱਗਾ ਵਾ, ਅਤੇ ਕੋਸ਼ਿਸ਼ ਕਰਾਂਗੇ ਵੀ ਆਪਾਂ ਜੇ ਵੱਡੇ ਵੀ ਲੱਗਦੇ ਤਾਂ ਉਹ ਵੀ ਲਾ ਕੇ ਵੇਖ ਲਾਂਗੇ, ਠੀਕ ਹੈ ਜੀ। ਸੋ ਬਹੁਤ ਵਧੀਆ ਤੁਸੀਂ ਕਮੈਂਟ ਕੀਤਾ ਵਾ, ਥੈਂਕ ਯੂ ਵੀਰੇ। ਕਮੈਂਟ ਆ ਜੀ ਸਾਡੇ ਵੀਰ ਜੌਨ ਜਸਟਿਨ, ਸੋ ਇਹਨਾਂ ਨੇ ਕਮੈਂਟ ਕੀਤਾ ਜੀ ਵੈਰੀ ਨਾਈਸ ਵੀਡੀਓ ਫਰੋਮ ਲੁਧਿਆਣਾ ਪੰਜਾਬ, ਸੋ ਲੁਧਿਆਣੇ ਤੋਂ ਵੀਰ ਜੀ ਕਰ ਰਿਹਾ ਜੀ ਕਮੈਂਟ ਸਾਨੂੰ, ਅਤੇ ਬਹੁਤ ਵਧੀਆ ਲੱਗਾ ਵੀਰੇ, ਥੈਂਕ ਯੂ ਵੀਰੇ, ਬਹੁਤ ਬਹੁਤ ਸ਼ੁਕਰੀਆ ਜੀ। ਕਮੈਂਟ ਆ ਜੀ ਸਾਡੇ ਜਸਪ੍ਰੀਤ ਸਿੰਘ ਦਾ, ਸੋ ਜਸਪ੍ਰੀਤ ਸਿੰਘ ਜੀ ਆ ਫਰੋਮ ਪਟਿਆਲੇ ਤੋਂ,
ਤੇ ਕਹਿ ਰਿਹਾ ਵੀ ਨਾਈਸ ਵੀਡੀਓ, ਬਹੁਤ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਜੀ ਚੀਵਾਲ। ਸੋ ਇਹਨਾਂ ਦਾ ਕਮੈਂਟਾਂ ਕਹਿ ਰਿਹਾ ਕਿ ਨਾਈਸ ਵੀਡੀਓ ਵੀਰੇ, ਥੈਂਕ ਯੂ ਬਹੁਤ ਬਹੁਤ ਸ਼ੁਕਰੀਆ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਕਮੈਂਟ ਸਾਡੇ ਸੁਖਵੀਰ ਦਾ, ਸੋ ਇਹ ਕਹਿ ਰਿਹਾ ਜੀ ਆਪਣੇ ਅਸੀਲ ਮੁਰਗੇ ਦੀ ਫਾਈਟ ਕਰਾਓ। ਅਤੇ ਯਾਰ ਆਪਾਂ ਫਾਈਟ ਕਰਾ ਲਈਏ ਲੇਕਿਨ ਆਪਾਂ ਵੀਡੀਓ ਨਹੀਂ ਪਾ ਸਕਦੇ। ਜਦੋਂ ਆਪਾਂ ਵੀਡੀਓ ਪਾਤੀ ਅਤੇ ਤੁਹਾਨੂੰ ਪਤਾ ਉਦੋਂ ਵੀ ਕੁਛ ਨਾ ਕੁਛ ਅਤੇ ਰਿਐਕਸ਼ਨ ਆਉਣਾ ਵਾ, ਅਤੇ ਯੂਟਿਊਬ ਦੇ ਚੈਨਲ ਤੁਹਾਨੂੰ ਪਤਾ ਵੀ ਆਪਾਂ ਫਾਈਟ ਵਾਲੀ ਕੋਈ ਵੀਡੀਓ ਨਹੀਂ ਪਾ ਸਕਦੇ ਹੈਗੇ, ਅਤੇ ਉਹਦੇ ਨਾਲ ਸਾਡਾ ਚੈਨਲ ਡੈਡ ਹੋਣ ਦਾ ਖਤਰਾ ਵਾ। ਸੋ ਇਸ ਕਰਕੇ ਨਹੀਂ ਪਾ ਰਹੇ ਹੈਗੇ। ਬਾਕੀ ਕੋਸ਼ਿਸ਼ ਕਰਾਂਗੇ ਕਿਤੇ ਨਾ ਕਿਤੇ ਆਪਾਂ ਜਾ ਕੇ ਆਪਣੇ ਚੈਨਲ 'ਤੇ ਆਪਣਾ ਇੰਸਟਾਗ੍ਰਾਮ ਚੈਨਲ ਆ ਉੱਤੇ ਪਾਵਾਂਗੇ ਜ਼ਰੂਰ। ਸੋ ਜੇ ਸਾਡੇ ਚੈਨਲ ਨੂੰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ, ਅਤੇ ਬਾਕੀ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ ਵਾ, ਅਤੇ ਤੁਸੀਂ ਉਹਨੂੰ ਜਾ ਕੇ ਫੇਸਬੁੱਕ ਅਤੇ ਸਾਡਾ ਇੰਸਟਾਗ੍ਰਾਮ ਦਾ ਚੈਨਲ ਜੋ ਵੀ ਆ ਉਹਨੂੰ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ, ਠੀਕ ਹੈ ਜੀ। ਕਮੈਂਟਾਂ ਜੀ ਸਾਡੇ ਵੀਰ ਦਾ, ਉਹ ਕਹਿ ਰਹੇ ਕਿ ਤੁਹਾਡਾ ਜਿਹੜਾ ਕਾਲਸਿਰਾ ਵਾ ਕਬੂਤਰ ਇਹਨੇ ਭੱਜ ਜਾਣਾ ਵਾ, ਸੋ ਇਹਨੂੰ ਉਡਾਇਆ ਨਾ ਕਰੋ। ਸੋ ਯਾਰ ਇਹ ਮੈਨੂੰ ਜ਼ਰੂਰ ਦੱਸੋ ਵੀ ਕੀ ਇਹ ਤੁਹਾਨੂੰ ਪਤਾ ਕਿਹੜੀ ਚੀਜ਼ ਤੋਂ ਪਤਾ ਲੱਗਾ ਵੀ ਇਹਨੇ ਭੱਜ ਜਾਣਾ ਵਾ, ਅਤੇ ਜਿਹੜਾ ਮੈਨੂੰ ਨਹੀਂ ਪਤਾ ਲੱਗਾ। ਸੋ ਮੈਨੂੰ ਜ਼ਰੂਰ ਕੋਈ ਨਾ ਕੋਈ ਦੱਸੋ ਇਹਦੇ ਬਾਰੇ, ਅਤੇ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਬਿਲਕੁਲ ਨੌਲੇਜ ਨਹੀਂ ਹੈਗੀ। ਤੁਹਾਡੇ ਕਹਿਣ 'ਤੇ ਮੈਨੂੰ ਪਤਾ ਲੱਗਦਾ ਜਾਂਦਾ ਵਾ ਵੀ ਜਿਹੜਾ ਕਬੂਤਰ ਇੱਦਾਂ ਕਰਕੇ ਜਾਂਦਾ ਜਾਂ ਕਿੱਦਾਂ ਵਾ ਭੱਜਦਾ ਵਾ। ਸੋ ਮੈਨੂੰ ਜ਼ਰੂਰ ਦੱਸਿਓ ਕਮੈਂਟ ਆ, ਬਾਕੀ ਦੱਸਣਾ 'ਤੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੀਰੇ। ਜਤਿੰਦਰ ਸਿੰਘ ਦਾ, ਸੋ ਕਹਿ ਰਿਹਾ ਵੀਰ ਕੇ ਸਾਰੇ ਕਬੂਤਰ ਉਡਾ ਕੇ ਵਿਖਾਓ। ਸੋ ਵੀਰੇ ਸਰ ਹੋ ਲੈਂਦੋ, ਸਾਰੇ ਕਬੂਤਰ ਉਡਾ ਕੇ ਵਿਖਾ ਲਾਂਗੇ, ਠੀਕ ਹੈ। ਸੋ ਜ਼ਰੂਰ ਵਿਖਾਵਾਂਗੇ, ਓਕੇ ਜੀ। ਤੀਰਥ ਸਿੰਘ ਜੀ ਕਹਿ ਰਿਹਾ ਕਿ ਕੋਈ ਵੀਡੀਓ 'ਚ ਕੋਈ ਕਮੀ ਨਹੀਂ ਹੈ ਤੁਹਾਡੇ। ਸੋ ਵੀਰੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸੋ ਤਾਂ ਸਾਡਾ ਦਿਲ ਰੱਖਣ ਵਾਸਤੇ ਸ਼ੁਕਰੀਆ, ਬਾਕੀ ਇੱਦਾਂ ਤੁਸੀਂ ਪਿਆਰ ਨਾਲ ਆਸਰਾ ਦਿੰਦੇ ਰਹੋ ਅਤੇ ਆਪਾਂ ਹਾਂ ਇੱਦਾਂ ਅੱਗੇ ਤੋਂ ਅੱਗੇ ਚੱਲਦੇ ਰਹਿਣਾ ਵਾ। ਸੋ ਕਮੀਆਂ ਜਿਹੜੀਆਂ ਹੁੰਦੀਆਂ ਮੇਰਾ ਵੀ ਦੱਸ ਵੀ ਦਿਓ ਤਾਂ ਕੋਈ ਚੱਕਰ ਨਹੀਂ ਹੈਗਾ, ਕਿਉਂਕਿ ਕਮੀਆਂ ਹਰ ਕੋ ਰਹਿ ਜਾਂਦੀਆਂ ਵਾ ਅਤੇ ਮੇਰੇ 'ਚ ਤਾਂ ਬਹੁਤ ਜ਼ਿਆਦੀਆਂ ਕਮੀਆਂ ਵਾ, ਠੀਕ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੀਰੇ। ਜੱਸੀ ਦਾਂਦੀਵਾਲ, ਸੋ ਕਹਿ ਰਹੇ ਕਿ ਅਸੀਲ ਮੁਰਗੇ ਲੈ ਕੇ ਆਓ। ਸੋ ਵੀਰੇ ਹਰ ਕੋਈ ਇੱਕ ਮੁਰਗਾ ਤਾਂ ਹੈਗਾ ਜੀ, ਆਪਾਂ ਇੰਨੇ ਮੁਰਗੇ ਕੀ ਕਰਨੇ ਆ, ਅਤੇ ਬਾਕੀ ਮੈਨੂੰ ਥੋੜ੍ਹੀ ਜਿਹੀ ਸੈਟਅਪ ਇਹਨਾਂ ਦਾ ਸੈਟਿੰਗ ਕਰ ਲੈਂਦੋ ਅਤੇ ਫਿਰ ਆਪਾਂ ਜ਼ਰੂਰ ਲੈ ਕੇ ਆਵਾਂਗੇ ਮੁਰਗੇ, ਅਤੇ ਨਾਲ ਮੁਰਗੀਆਂ ਵੀ ਇੱਕ ਜੋੜੀ ਹੋਰ ਲਿਆਵਾਂਗੇ ਤਾਂ ਕਿ ਸਾਡੇ ਵਧੀਆ ਤਰੀਕੇ ਨਾਲ ਇੱਥੇ ਬਰੀਡਿੰਗ ਹੋ ਸਕੇ। ਸੋ ਵਧੀਆ ਆਪਾਂ ਸੈਟਅਪ ਬਣਾਉਣਾ ਚਾਹੁੰਦੇ ਹਾਂ, ਠੀਕ ਹੈ ਵੀਰੇ। ਅਗਲਾ ਕਮੈਂਟ ਸਾਡਾ ਲਾਸਟ ਆ, ਸੋ ਇਹ ਹੈਗਾ ਜੀ ਰਣਵੀਰ ਦਾ। ਸੋ ਰਣਵੀਰ ਜੀ ਇਹ ਕਹਿ ਰਹੇ ਆ ਕਿ ਜਿਹੜੇ ਤੁਹਾਡੇ ਮੁਰਗਾ ਵਾ ਇਹਦੇ ਬੱਚਿਆਂ ਦੀ ਨਸਲ ਕੀ ਆ। ਸੋ ਵੀਰੇ ਮੈਨੂੰ ਸਮਝ ਲੱਗੀ ਜਿਹੜੇ ਛੋਟੇ ਛੋਟੇ ਚੂਚੇ ਉਹਨਾਂ ਦੀ ਗੱਲ ਕਰਦੇ ਪਏ ਹੋ, ਅਤੇ ਜੇ ਤਾਂ ਉਹਨਾਂ ਦੀ ਗੱਲ ਕਰਦੇ ਪਏ ਹੋ ਤਾਂ ਉਹਨਾਂ ਦੇ ਵਿੱਚ ਮੇਰੇ ਹਿਸਾਬ ਨਾਲ ਵੀ ਉਹ ਪਿਓਰਿਟੀ ਨਹੀਂ ਹੈਗੀ, ਅਤੇ ਦੇਸੀ ਹੀ ਆਪਣੇ ਬੱਚਿਆਂ ਨੂੰ ਮੈਂ ਕਹਿ ਸਕਦਾ ਵੀ ਦੇਸੀ ਬੱਚੇ ਹੀ ਹੋਣਗੇ ਉਹਨਾਂ ਦੇ ਵਿੱਚ। ਅਤੇ ਕਿਉਂਕਿ ਆਪਾਂ ਬਾਅਦ ਵਿੱਚ ਮੁਰਗਾ ਸਾਡੇ ਕੋਲ ਅਸੀਲ ਮੁਰਗਾ ਆਇਆ ਵਾ ਤਾਂ ਹੁਣ ਜਿਹੜੇ ਗਾਂ ਲਵਾਂਗੇ ਤਾਂ ਉਹ ਪੂਰੇ ਅਸੀਲ ਹੀ ਹੋਣਗੇ ਬੱਚੇ। ਸੋ ਜੇ ਇਹ ਕਹਿ ਰਹੇ ਹੋ ਤਾਂ ਬਾਕੀ ਮੁਰਗੇ ਦੀ ਵੀ ਮੈਨੂੰ ਪੱਕਾ ਪਤਾ ਨਹੀਂ ਵੀ ਕਿਹੜੀ ਨਸਲ ਹੈਗੀ ਆ, ਠੀਕ ਹੈ ਜੀ। ਸੋ ਮੈਨੂੰ ਕਮੈਂਟਾਂ 'ਚ ਤੁਸੀਂ ਦੱਸ ਦਿਓ ਕਰੀ ਵੀ ਬੱਚਿਆਂ ਬਾਰੇ ਪੁੱਛਿਆ ਵੀ ਕਿਹੜੇ ਬਾਰੇ ਪੁੱਛਿਆ, ਸੋ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ, ਠੀਕ ਹੈ ਜੀ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੀਰੇ, ਅਤੇ ਇੰਨਾ ਪਿਆਰ ਦੇ ਰਹੇ ਹੋ। ਸੋ ਇੰਨਾ ਪਿਆਰ ਦਿੰਦੇ ਰਹੋ, ਸੋ ਆਪਾਂ ਅੱਗੇ ਤੋਂ ਅੱਗੇ ਚੱਲਦੇ ਰਹਾਂਗੇ। ਸੋ ਜੀ, ਸੋ ਮਿਲਦੇ ਹਾਂ ਨੈਕਸਟ ਵੀਡੀਓ 'ਤੇ, ਓਕੇ ਜੀ, ਬਾਏ।